ਮਹਿੰਦੀ ਵਾਲੇ ਇਹ ਹੱਥ। ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਦੇ ਨਿਸ਼ਾਨ, ਘਰ ਵਿੱਚ ਲੱਗੀਆਂ ਚਾਨਣੀਆਂ। ਜ਼ਾਹਿਰ ਹੈ ਕਿ ਇਹ ਘਰ ਵਿਆਹ ਵਾਲਾ ਘਰ ਹੈ। ਤਸਵੀਰਾਂ ਵੇਖਣ ਤੋਂ ਬਾਅਦ ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਵਾਲੇ ਘਰ ਵਿੱਚ ਇੰਨਾ ਰੋਣਾ ਧੋਣਾ ਕਿਉਂ ਛਾਇਆ ਹੋਇਆ ਹੈ। ਅੱਖਾਂ ਵਿੱਚੋਂ ਨਿਕਲਦੇ ਹੋਏ ਇਹ ਅਥਰੂ ਧੀ ਨੂੰ ਰੁਖਸਤ ਕਰਨ ਦਾ ਗਮ ਨਹੀਂ ਹੈ, ਸਗੋਂ ਵਿਆਹ ਦੇ ਨਾਮ ਉੱਤੇ ਹੋਈ ਠੱਗੀ ਦਾ ਦੁੱਖ ਹੈ। ਦਰਅਸਲ ਹੁਸ਼ਿਆਰਪੁਰ ਦੇ ਇਸ ਘਰ ਦੀ ਧੀ ਦਾ ਵਿਆਹ NRI ਦੇ ਨਾਲ ਮੁਕਰਰ ਸੀ ਕਿ ਐਨ ਮੌਕੇ ਉੱਤੇ ਲਾੜਾ ਵਿਆਹ ਲਈ ਨਹੀਂ ਆਇਆ ਅਤੇ ਗਾਇਬ ਹੋ ਗਿਆ। ਕੁੜੀ ਵਾਲਿਆਂ ਦੀ ਉਡੀਕ ਅਥਰੂਆਂ ਵਿੱਚ ਬਦਲਦੀ ਗਈ ਅਤੇ ਇਹ ਉਡੀਕ ਉਸ ਸਮੇਂ ਜ਼ਖਮ ਦੇ ਗਈ ਜਦੋਂ ਪਤਾ ਚੱਲਿਆ ਕਿ NRI ਲਾੜਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ, ਉਹ ਵੀ ਉਸ ਕੁੜੀ ਦੇ ਨਾਲ ਜਿਸ ਨੂੰ ਉਹ ਸ਼ੁਰੂ ਤੋਂ ਆਪਣੀ ਭਰਜਾਈ ਦੱਸਦਾ ਰਿਹਾ। 4 ਸਾਲ ਤਾਂ ਮੇਰੇ ਕੁੜੀ ਦੇ ਨਾਲ ਉਹਦੀ ਗੱਲਬਾਤ ਫੋਨ 'ਤੇ ਫੇਸਬੁੱਕ ਥਰੂ ਹੋਈ ਸੀ। ਪਿਛਲੇ ਸਾਲ ਆ ਕੇ ਉਹ ਅੰਕਲ ਮੈਂ ਕਰਕੇ ਗਿਆ ਸੀ, ਹੁਣ ਸਾਰਾ ਪਿਆਰ ਰੱਖਿਆ ਹੋਇਆ ਸੀਗਾ, ਮੇਰੀ ਕੁੜੀ ਨੂੰ ਮਾਇਆ ਵੀ ਲਾ ਗਿਆ, ਸਾਰਾ ਕੁਛ ਹੋ ਗਿਆ, ਹੁਣ ਉਹਦਾ ਗਾਇਬ ਹੋ ਗਿਆ, ਹੁਣ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਆ ਉਹ। 1 ਸਾਲ ਪਹਿਲਾਂ ਤੈਅ ਹੋਏ ਇਸ ਰਿਸ਼ਤੇ ਦੀ ਮੁਲਾਕਾਤ ਸੋਸ਼ਲ ਮੀਡੀਆ ਉੱਤੇ ਹੋਈ, ਜਿੱਥੇ NRI ਗੁਰਪ੍ਰੀਤ ਸਿੰਘ ਦੇ ਨਾਲ ਪੀੜਿਤ ਲੜਕੀ ਦੀ ਗੱਲਬਾਤ ਹੋਣ ਲੱਗੀ। 1 ਸਾਲ ਤੋਂ ਲਗਾਤਾਰ ਦੋਵੇਂ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਦੇ ਰਹੇ। ਵਿਆਹ ਦੀ ਤਾਰੀਖ ਤੱਕ ਦੋਸ਼ੀ ਗੁਰਪ੍ਰੀਤ ਨਾਲ ਪੀੜਿਤ ਲੜਕੀ ਦੀ ਗੱਲ ਹੁੰਦੀ ਰਹੀ। ਜਦੋਂ ਮੈਂ ਇਹਨਾਂ ਦੇ ਇੱਥੇ ਅੱਜ ਪਹੁੰਚੀ ਤਾਂ ਇਹਨਾਂ ਦੇ ਸਾਰੇ ਬੱਚੇ ਰੋਣ ਲੱਗੇ ਸੀ, ਮੈਂ ਦੇਖ ਕੇ ਘਬਰਾ ਗਈ ਵੀ ਕੀ ਗੱਲ ਹੋਈ ਆ। ਤਾਂ ਫਿਰ ਉਹਨੇ ਮੈਨੂੰ ਸਾਰੀ ਸਟੋਰੀ ਦੱਸੀ ਆ, ਮੈਂ ਸੁਣ ਕੇ ਹੈਰਾਨ ਹੋ ਗਈ ਵੀ ਅੱਜ ਕੱਲ੍ਹ ਮੈਨੂੰ ਨਹੀਂ ਪਤਾ ਲੱਗਦਾ ਵੀ ਧੀਆਂ ਨਾਲ ਕਿਉਂ ਇੰਨਾ ਵੱਡਾ ਧੋਖਾ ਹੋ ਰਿਹਾ ਆ। 4 ਸਾਲ ਹੋ ਗਏ ਸੀ ਉਸ ਬੇਟੇ ਨਾਲ, ਗੱਲ ਮੁੰਡੇ ਨਾਲ ਗੱਲ ਮੁੰਡਾ ਗੱਲ ਕਰਦਾ ਸੀ, ਤਾਂ ਕਿੰਨੀ ਕਮਾਲ ਦੀ ਇਸ ਮੁੰਡੇ ਦੇ ਉੱਤੇ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ। NRI ਜਵਾਈ ਦਾ ਚਾਹ ਇੱਕ ਪਲ ਵਿੱਚ ਹੀ ਅਜਿਹਾ ਧੱਕਾ ਦੇ ਗਿਆ ਕਿ ਲੜਕੀ ਦੇ ਪਿਤਾ ਯਕੀਨ ਵੀ ਨਹੀਂ ਕਰ ਪਾ ਰਹੇ ਕਿ ਉਹਨਾਂ ਨਾਲ ਅਜਿਹਾ ਧੋਖਾ ਹੋਵੇਗਾ। ਪਿਤਾ ਅਵਤਾਰ ਸਿੰਘ ਨੇ ਉਹਨਾਂ ਦੀਆਂ ਸਦਰਾਂ ਨਾਲ ਖਿਲਵਾੜ ਕਰਨ ਵਾਲੇ NRI ਗੁਰਪ੍ਰੀਤ ਸਿੰਘ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਹਿਲਾਂ ਤਾਂ ਜੀ 4 ਤਰੀਕ ਨੂੰ ਲਾੜੇ ਨਾਲ ਆਇਆ ਵੀ 4 ਤਰੀਕ ਨੂੰ ਵਿਆਹ ਆ ਜੀ, ਅਤੇ 5 ਹੌਲੀ ਹੌਲੀ ਇੱਦਾਂ ਹੀ ਮੈਂ ਆਉਣਾ ਜੀ, ਇੱਦਾਂ ਕਰਦਾ ਰਿਹਾ ਜੀ, ਧੱਕੇਸ਼ਾਹੀ ਕਰਦਾ ਰਿਹਾ ਜੀ, ਅਤੇ ਮੇਰੇ ਘਰਦਿਆਂ ਕੋਲੋਂ ਵੀ ਪੈਸੇ ਵੀ ਬਾਹਰੋਂ ਮੰਗਾਉਂਦਾ ਰਿਹਾ ਜੀ। ਅਸੀਂ ਤਾਂ ਜੀ ਸਾਰੀ ਤਿਆਰੀ ਕੀਤੀ ਸੀ ਭਾਅ ਜੀ, ਅਤੇ ਆਹ ਸਾਡੇ ਨਾਲ ਧੋਖਾ ਹੋਇਆ ਜੀ। ਉੱਧਰ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪਿੰਡ ਬਾਹੋਵਾਲ ਤੋਂ ਇੱਕ ਲੜਕੀ ਦੀ ਮਾਤਾ ਨੇ ਕੰਪਲੇਂਟ ਦਿੱਤੀ ਆ ਵੀ ਉਹਨਾਂ ਨੇ ਆਪਣਾ ਸ਼ਾਦੀ ਰੱਖੀ ਸੀਗੀ ਲੜਕੀ ਦੀ, ਅਤੇ ਪਰ ਲੜਕਾ ਜਿਹੜਾ ਉਹ ਸ਼ਾਦੀ ਦੇ ਟਾਈਮ ਪਹੁੰਚਿਆ ਨਹੀਂ ਉੱਥੇ ਜੀ। ਉਹ ਜਿਹੜੀ ਕੰਪਲੇਂਟ ਦੇ ਉੱਤੇ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਆ, ਜੋ ਵੀ ਤੱਥ ਸਾਹਮਣੇ ਆਊਗੇ ਉਹਦੇ ਮੁਤਾਬਕ ਕਾਰਵਾਈ ਜਿਹੜੀ ਕੀਤੀ ਜਾਊਗੀ ਜੀ। ਵਿਆਹ ਤੋਂ ਇਕਦਮ ਪਹਿਲਾਂ NRI ਲਾੜਾ ਕਿਵੇਂ ਗਾਇਬ ਹੋ ਗਿਆ, ਕਿਉਂ ਉਹ ਆਪਣੀ ਪਤਨੀ ਨੂੰ ਹੁਣ ਤੱਕ ਭਰਜਾਈ ਦੱਸਦਾ ਰਿਹਾ, ਇਹ ਅਜਿਹੇ ਸਵਾਲ ਨੇ ਜਿਸ ਦੇ ਜਵਾਬ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ। ਫਿਲਹਾਲ ਹੋਣ ਵਾਲੇ ਪਤੀ ਵੱਲੋਂ ਮਿਲਿਆ ਧੋਖਾ ਹੁਸ਼ਿਆਰਪੁਰ ਦੀ ਇਸ ਲੜਕੀ ਨੂੰ ਵੱਡਾ ਜ਼ਖਮ ਦੇ ਗਿਆ ਹੈ। ਬਿਊਰੋ ਰਿਪੋਰਟ, TV ਪੰਜਾਬ।